ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੰਦਰਾ ਸਿੰਘ ਦਾ ਹਾਜ਼ਰੀ ਨੇ ਆਪਣਾ ਅਗਲਾ ਵਲੋਗ ਲੈ ਕੇ ਅੱਜ ਦਾ ਵਲੋਗ ਹੈਗਾ ਆਪਾਂ ਜਾ ਰਹੇ ਹਾਂ ਦੋਨੋਂ VFS ਆਫਿਸ VFS ਜਾ ਰਹੇ ਹਾਂ ਆਪਾਂ UK ਦੇ ਸਾਡੀ ਦੋਨਾਂ ਦੀ ਅੱਜ ਬਾਇਓਮੈਟ੍ਰਿਕ ਹੈਗੀ ਹੈ ਅਤੇ ਦੋਨੋਂ ਆਪਾਂ ਇਕੱਠੇ ਜਾ ਰਹੇ ਅਤੇ ਆਪਣਾ ਸਪਾਊਸ ਵੀਜ਼ਾ ਅਪਲਾਈ ਕਰਨ ਲੱਗੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕੀ ਹੁੰਦਾ VFS 'ਚ ਅਤੇ ਹਰੀ ਚੀਜ਼ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਕਿੱਦਾਂ ਸਾਡੇ ਨਾਲ ਹੋਇਆ। ਦੂਜਾ ਗੱਲ ਸਾਡੀ ਹੈਗੀ VFS ਚੰਡੀਗੜ੍ਹ ਅਲਾਂਟੇ ਮੋਲ ਗੇਟ ਨੰਬਰ 2 ਤੋਂ ਸਾਨੂੰ ਐਂਟਰ ਕਰਨਾ ਅਤੇ ਸਾਡੀ VFS ਹੈਗੀ 10:45 'ਤੇ, ਗਗਨ ਦੀ 10:45 'ਤੇ ਹੈ ਅਤੇ ਮੇਰੀ 11:45 ਦੀ ਹੈ, ਇੱਕ ਘੰਟੇ ਬਾਅਦ ਦੀ ਹੈਗੀ ਮੇਰੀ, ਪਰ ਦੇਖਾਂਗੇ ਜੁਗਾੜੀ ਹੈਗੇ ਆਪਾਂ ਤਾਂ ਦੇਖ ਲਾਂਗੇ ਸਾਡੇ 10 ਤੱਕ ਹੀ ਦੋਨਾਂ ਦੀ ਹੋ ਜਾਵੇ, ਮਤਲਬ 10:45 'ਤੇ ਦੋਨਾਂ ਦੀ ਹੋ ਜਾਵੇ ਅਤੇ ਮਿਲਨੇ ਆ ਤੁਹਾਨੂੰ ਚੰਡੀਗੜ੍ਹ ਆ ਜਾਓ। ਹਾਂਜੀ, ਤੋ VFS ਹਮ ਦੇਣੇ ਕੇ ਬਾਅਦ ਪਹੁੰਚ ਗਏ ਆਪਣੇ ਘਰ ਪੇ, ਆਪਣੇ ਚੰਡੀਗੜ੍ਹ ਵਾਲੇ ਘਰ ਪੇ। ਇਹ ਮੇਰੇ ਮਾਮਾ ਜੀ ਕਾ ਘਰ ਹੈ, ਤੋ ਮੈਂ ਯਹਾਂ ਪੇ ਆ ਗਏ ਹੈਂ, ਔਰ ਕਿਆ ਕਹਤੇ ਹੈਂ ਆਪਣਾ ਜ਼ਿਆਦਾ ਟਾਈਮ ਨਹੀਂ ਲਗਾ ਮੁਝੇ, ਔਰ ਨਾ ਗਗਨ ਕੋ, ਮੇਰਾ ਪ੍ਰਿਓਰਟੀ ਵਾਲਾ ਤਾਂ ਵੀ ਮੇਰੇ ਕੋਲ ਜਾ ਕੇ ਵਹਾਂ ਪੇ ਆਰਾਮ ਸੇ ਬੈਠ ਕੇ, ਮੈਨੇ 3500 ਰੁਪਏ ਐਕਸਟਰਾ ਦੀਏ ਤੇ ਆਪਣਾ, ਹਾਂ ਸਿਰਫ 20 ਰੁਪਏ ਕੇ ਲੀਏ, ਵਹਾਂ ਪੇ 20 ਰੁਪਏ ਕਾ ਬਿਸਕੁਟ ਮਿਲ ਗਿਆ ਮੁਝੇ ਖਾਣੇ ਕੇ ਲੀਏ। ਔਰ ਇੱਕ ਹੋਰ ਅੱਛੀ ਬਾਤ ਮੈਂ ਬਤਾਤਾ ਹੂੰ, VFS ਵਾਲੇ ਅੱਜ ਕੱਲ੍ਹ ਨਾ UK ਕਾ ਵੀਜ਼ਾ ਅਪਲਾਈ ਕਰਨੇ ਕੇ ਸਾਥ ਆਪਕੋ ਇੱਕ ਸਿਮ ਵੀ ਪ੍ਰੋਵਾਈਡ ਕਰਕੇ ਦੇ ਰਹੇ ਹੈ, 2 10 ਪਾਊਂਡ ਕਾ ਸਿਮ ਹੈ ਜੋ ਹਮਾਰਾ ਵਹੀਂ ਜਾ ਕੇ ਐਕਟਿਵ ਹੋਗਾ, ਔਰ ਜੋ 10 ਪਾਊਂਡ ਕਾ ਵੋ ਸਿਮ ਹੈ ਵੋ ਹਮੇ ਫ੍ਰੀ ਮਿਲੇਗਾ ਵਹਾਂ ਪੇ, ਜਿਸਮੇ ਹਮੇ ਕਾਫੀ ਅੱਛਾ ਹੀ ਪਲੈਨ ਮਿਲ ਰਿਹਾ ਹੈ, ਜਿਸੇ ਮੈਂ 100 ਮਿੰਟਸ ਹਮ ਇੰਡੀਆ ਮੈਂ ਕਾਲ ਕਰ ਸਕਦੇ ਹਾਂ, ਜੈਸੇ ਹੀ ਵਹਾਂ ਪਹੁੰਚੇ ਹਮ ਪਹੁੰਚ ਗਏ ਹੈਂ, ਔਰ ਅਨਲਿਮਿਟਿਡ ਮੈਸੇਜ ਹੈ ਮੇਰੇ ਕੋ UK ਮੈਂ ਕਾਲ ਅਨਲਿਮਿਟਿਡ ਹੈ ਉਸਮੇ, ਔਰ ਕਿਆ ਕਹਤੇ ਹੈ ਬੜੀਆ, ਔਰ ਆਪਣਾ 6 GB ਡਾਟਾ ਵੀ ਮਿਲੇਗਾ ਹਮੇ, 6 GB ਮਤਲਬ ਜੀਓ ਕੀ ਤਰ੍ਹਾਂ ਤੋਂ ਨਹੀਂ, 2 GB ਰੋਜ਼ ਕਾ ਮਿਲ ਰਿਹਾ ਵੋ ਨਹੀਂ, ਪਰ ਲੇਕਿਨ ਇਹ ਅੱਛਾ ਹੈ ਵੀ ਹਮੇ ਟੈਨਸ਼ਨ ਨਹੀਂ ਲੈਣੀ ਬਈ, ਹਮਾਰੇ ਮੰਮੀ ਆਪਾਂ ਕੋ ਹਮ ਕਾਲ ਕਰ ਸਕਦੇ ਹਾਂ, ਮੈਂ ਕਿਸੇ ਕੋ ਮੰਗਣਾ ਨਹੀਂ ਪੜੇਗਾ, ਮੈਂ ਇੰਟਰਨੈਟ ਕਨੈਕਸ਼ਨ ਉਸੀ ਟਾਈਮ ਐਕਸੀ ਟਾਈਮ ਮਿਲ ਜਾਏਗਾ, ਤੋ ਇਹ ਸਭ ਅੱਛੀ ਬਾਤ ਹੈ ਜੋ ਸਭ ਜ਼ਿਆਦਾ ਜਿਸਕੇ ਲਈ ਹਮ ਪਰੇਸ਼ਾਨ ਹੋਤੇ ਹੈ। ਔਰ ਕਿਆ ਕਹਤੇ ਹੈ ਆਪਣਾ, ਜਬ ਵੀ ਆਪ VFS ਆਫਿਸ ਜਾਏ ਤੋ ਆਪ ਕੈਸ਼ ਕੈਰੀ ਚਾਹੇ ਨਾ ਕਰੇ, ਆਪਣਾ ਜ਼ਰੂਰ ਕ੍ਰੈਡਿਟ ਕਾਰਡ ਜਾਂ ATM ਕਾਰਡ ਲੈ ਕੇ ਜਾਏ, ਤੋ ਉਹ ਹੀ ਸਵੈਪ ਕਰਵਾਏ ਤੋ ਜ਼ਿਆਦਾ ਬਿਹਤਰ, ਨਹੀਂ ਤੋ ਆਪਕੋ ਕੈਸ਼ ਮੈਂ 200 ਰੁਪੀਸ ਜ਼ਿਆਦਾ ਦੇਣੇ ਪੜੇਗੇ ਸਕੈਨਿੰਗ ਕਰਨੇ ਕੇ ਡਾਕੂਮੈਂਟਸ, ਠੀਕ ਹੈ। ਅਵਲ ਤੋ ਆਪ ਸਕੈਨ ਕਰਕੇ ਪਹਿਲੇ ਹੀ ਸਕੈਨ ਕਰਕੇ ਆਪਣਾ ਉਸਮੇ ਅਪਲੋਡ ਕੀਜੀਏ, ਅਗਰ ਜੇ ਆਪਕੇ ਸਕੈਨ ਨਹੀਂ ਹੈ ਤੋ ਸਕੈਨ ਕਰਕੇ ਇਸਕੋ ਆਪਣਾ ਉਨਕੋ ਜਬ ਕਹੇ ਤੋ ਕਾਰਡ ਸੇ ਹੀ ਪੇਮੈਂਟ ਕਰੇ, ਤੋ ਆਪਕੋ 200 ਰੁਪੀਸ ਕਮ ਦੇਣੇ ਪੜੇਗੇ, ਇਹ ਬਹੁਤ ਬੜੀਆ ਬਾਤ ਹੈ, ਔਰ ਆਪ ਜਾ ਸਕਦੇ ਹੈ VFS ਕਰਾਏ ਮਜ਼ੇ ਸੇ। ਚਲੋ ਅਬ ਡਿਪੈਂਡ ਕਰਦਾ ਹਮਾਰਾ ਰਿਜ਼ਲਟ ਪੇ, ਹਮਾਰਾ ਕਿਆ ਰਿਜ਼ਲਟ ਆਤਾ, ਤੋ ਮੈਂ ਅਬ ਰਿਜ਼ਲਟ ਵਾਲੇ ਦਿਨ ਆਪਕੋ ਮਿਲਤਾ ਹੂੰ, ਚਲੋ ਬਾਏ। ਅੱਜ ਹਮੇ ਵੀਜ਼ਾ ਅਪਲਾਈ ਕੀ ਹੋਏ, ਇੱਕ ਦਿਨ ਹੋ ਚੁੱਕਾ ਹੈ ਪੂਰਾ, ਇਹ ਕਿਆ ਕਰ ਰਹੇ ਹੋ ਆਪ? ਮੈਂ ਉਹ ਸ਼ਕਲ ਨਾ ਤੇਲ ਲਗਾਇਆ ਹੁਆ, ਸਿਰ ਦਰਦ ਹੋ ਰਿਹਾ, ਟੈਂਸ਼ਨ ਹੈ ਲੈ ਲੈ ਕੇ। ਤੋ ਹਮੇ ਇੱਕ ਦਿਨ ਹੋ ਚੁੱਕਾ, ਹਮਾਰਾ ਵੀਜ਼ਾ ਅਪਲਾਈ ਹੋ ਚੁੱਕਾ, ਹਮੇ ਇੱਕ ਮੇਲ ਆ ਚੁੱਕੀ ਹੈ, ਇੱਕ ਮੇਲ ਮੈਂ ਇਹ ਹੀ ਆਇਆ ਵੀ ਹਮਨੇ ਆਪਕੀ ਫਾਈਲ ਕੋ ਰਿਸੀਵ ਕਰ ਲਿਆ, UK ਸੇ ਹਮੇ ਇੱਕ ਮੇਲ ਆ ਚੁੱਕੀ ਵੀ ਆਪਕੀ ਫਾਈਲ ਜੋ ਹੈ ਹਮਨੇ ਰਿਸੀਵ ਕਰ ਲਈ ਹੈ, ਤੋ ਅਭੀ ਦੇਖਤੇ ਹੈ ਕਿਆ ਹੋਗਾ, ਕਿਉਂ ਨਹੀਂ ਅੱਜ, ਕਿਉਂਕਿ ਹਮਨੇ ਮੰਡੇ ਹੈ, ਮੰਡੇ ਕੋ ਹਮਨੇ ਅਪਲਾਈ ਕੀਆ, ਤੋ ਅੱਜ ਟਿਊਜ਼ਡੇ ਹੋ ਚੁੱਕਾ ਹੈ, ਹਮੇ 24 ਆਵਰਸ ਸੇ ਜ਼ਿਆਦਾ ਹੋ ਚੁੱਕੇ ਹੈ ਅਪਲਾਈ ਕੀ ਹੋਏ ਆਪਣਾ ਵੀਜ਼ੇ ਕੋ, ਦੇਖਤੇ ਹੈ ਔਰ ਕੱਲ੍ਹ ਕਿਆ ਅਪਡੇਟ ਆਤਾ, ਕੁਛ ਅਪਡੇਟ ਆਤਾ ਤੋ ਮੈਂ ਆਪਕੋ ਦੁਬਾਰਾ ਬਤਾਊਂਗਾ, ਚਲੋ ਮਿਲਤੇ ਹੈ ਕੱਲ੍ਹ। ਹਾਂਜੀ, ਜੈਸੇ ਆਪ ਸਭਕੋ ਪਤਾ ਹਮਨੇ ਵੀਜ਼ਾ ਅਪਲਾਈ ਕੀਆ ਹੁਆ, ਔਰ ਅੱਜ ਵੀਜ਼ਾ ਅਪਲਾਈ ਕੀ ਹੋਏ 3rd ਡੇ ਹੋ ਚੁੱਕਾ ਹੈ, ਔਰ 3rd ਡੇ ਵੀ ਮੇਰੇ ਕੋ ਕੋਈ ਵੀ ਮੇਲ ਨਹੀਂ ਆਈ, ਇਸੀ ਕੋ ਲੈ ਕੇ ਹਮ ਖੁਸ਼ ਵੀ ਹੈ ਕਿਉਂਕਿ ਕੋਈ ਮੇਲ ਨਹੀਂ ਆਈ, ਤੋ ਮੇਲ ਜੋ ਪਹਿਲੇ ਆਤੀ ਉਹ ਇੰਟਰਵਿਊ ਕੇ ਲਈ ਆਤੀ ਹੈ, ਵੀ ਹਮੇ ਅਗਰ ਜੇ ਮੇਲ ਆਨੀ ਹੈ ਤੋ ਇਸ ਟਾਈਮ ਪੇ ਆਨੀ ਹੈ ਤੋ ਇੰਟਰਵਿਊ ਕੇ ਲਈ ਆਏਗੀ, ਵੀ ਮੇਰਾ ਅਗਲੇ ਦਿਨ ਇੰਟਰਵਿਊ ਹੈ, ਤੋ ਅਭੀ ਤੱਕ ਨਹੀਂ ਆਈ, ਤੋ ਇਸ ਚੀਜ਼ ਸੇ ਖੁਸ਼ ਵੀ ਹੈ ਵੀ ਮੇਰਾ ਇੰਟਰਵਿਊ ਨਹੀਂ ਆਇਆ, ਔਰ ਪਤਾ ਨਹੀਂ ਅੱਗੇ ਕਿਆ ਹੋਗਾ ਯਾਰ, ਇਹ ਜੋ ਟਾਈਮ ਹੈ ਨਾ ਇਹ ਨਿਕਾਲਣਾ ਮੇਰੇ ਲਈ ਬਹੁਤ ਮੁਸ਼ਕਿਲ ਹੋ ਰਿਹਾ ਹੈ ਹਮ ਦੋਨੋਂ ਕੇ ਲੀਏ, ਦੇਖਤੇ ਅਬ ਆਗੇ ਕਿਆ ਹੋਤਾ ਹੈ ਕਿਆ ਨਹੀਂ ਯਾਰ, ਡਰ ਲੱਗ ਰਿਹਾ ਬਹੁਤ ਜ਼ਿਆਦਾ, ਵਾਹਿਗੁਰੂ ਜੀ ਮੇਹਰ ਕਰਨ ਪਲੀਜ਼।
हमारे जो से VFS का भी अभी जस्ट मैसेज आया है, अभी हमारे पासपोर्ट को शायद डिस्पैच कर दिया उन्होंने, अभी हमें पूरा पक्का नहीं है, अभी डिस्पैच कर दिया नहीं करा कुछ भी, अभी हम ट्रैकिंग करके देखेंगे अपना ये सब कुछ, तो जो भी आता है हम बताते हैं आपको, लेकिन अभी हम बहुत ज़्यादा हमारे हाथ पर ठंडे हो गए और पाठ कर जा रहे हैं बार 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 बार, वाहिगुरु जी वाहिगुरु जी। अब जब तक पासवर्ड नहीं हमारे हाथ में आता, देखते हैं क्या होता है क्या नहीं, और कब हमारा पासवर्ड मिल जाता है। मैं बहुत ज़्यादा इस वक्त इसी को लेकर खुश हूँ, मैं अभी मेरे पासपोर्ट मेरे शायद मेरे पास आने वाला, और ये नहीं पता उसमें वीज़ा लगा है नहीं लगा, ये भी नहीं मुझे पता, तो मैं यही कहूँगा वाहेगुरु जी प्लीज़ वीज़ा लगे है साढ़े दोवों का, क्योंकि आपा बहुत मेहनत की थी इनके पीछे, बहुत ज़्यादा हम भागे हैं इसके पीछे, मतलब भजे हैं इनके पीछे बहुत ज़्यादा, हूँ लग जाए बस प्लीज़ लग जाए वाहेगुरु जी। हाँ जी सत श्री अकाल जी सारिआं नूं, सत श्री अकाल, सानू पता लग गया साढ़े पासपोर्ट पहुँच चुके ने पासपोर्ट ऑफिस, मतलब इतने पासपोर्ट ऑफिस कह रहे हैं जो अपना ब्लू डार्ट का ऑफिस, उत्थे पहुँच चुके हैं, तो बस आप उत्थे ही जा रहे हैं लैन लई, इन्ने एक्साइटेड आप नहाए नहीं धोए नहीं, बस निकल गए भी आवे सानू स्टिकर दिख जाए बस गल खत्म, भी साड़ी जड़ी देखो मेरे बिना मेकअप की फोटो तो अब जाके देखते हैं भी क्या बना है क्या नहीं, क्या पासपोर्ट हमारे वहाँ पहुँच गए हैं नहीं पहुँचे, ये सब चीज़ें चेक करते हैं और आपको भी दिखाते हैं भाई हमारा वीज़ा लगा भी है कि नहीं लगा, अभी हम एक्साइटेड हो जा रहे हैं क्योंकि हम अभी खोल के देखेंगे तभी पता लगेगा इसमें क्या लिखा हुआ क्या नहीं, तो चलते हैं और मिलते हैं आपको ब्रेक के बाद, आ जाओ ब्लू डार्ट के ऑफिस में। ब्लू डार्ट का ऑफिस पहुंच चुके हैं हम, जा रहा हूं मैं लेने के लिए, देखता हूं आए हैं पासपोर्ट नहीं आए, पासपोर्ट हमारे हाथ में आ चुके हैं, आपको फ्रंट इसका हम दिखा नहीं सकते हैं क्योंकि इस पे सारी हमारी डिटेल्स हैं, तो ये हमारा पासपोर्ट है, अब देखते हैं इसको खोल के कैसा आता है क्या नहीं, कैसे पैच लगा नहीं लगा ये सब चीजें, आप खोलो यार कंजा खोलेगी ये पासपोर्ट उठा लीजिए, ये मेरा आधार कार्ड उठा लीजिए सर यहाँ से प्लीज, लगी 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 भाई कृषि हाँ तो मेरी लगी होगी मेरी तो बना लो यार अपना ही करके बैठ गया, मैं अपनी गेंद का पत्ता अंदर पाया कैसे पता लगा नहीं यहाँ से नहीं ना अपने पेके कर गगन दे कर आ गए अब वहाँ पे हम पहुँचने लगे हैं घर पे, थोड़ी देर में पहुँच जाएंगे फिर वहाँ जाके भी एक छोटा सा आपको क्लिप दिखाएंगे और उनकी भी खुशी आपके सामने जाहिर करेंगे भी कैसा हो गया कैसे नहीं पता तो, है उनको जस्ट हमारी एंट्री अबोर्ड हाँ क्योंकि वो हमें अभी देखेंगे वीजा के साथ, वैसे 36 बार देखा हुआ बोर हो चुके हैं देख देख के उन्हें, वो भी गल नहीं रही जवाई वाली गल भी नहीं रही अरे जीता जी आए जीता जी अरे आए हैं बैठे चल बैठे हम तो ऐदा ने लेकिन आप अद्धा दे अगे यार मूंगी मछली दाल भी मिल जाए उस भी खुश हो जाते हैं ठीक है ना, चलो मिलने ब्रेक तो बाद।
हाँ जी, तो अब हम गुरुद्वारे जा रहे हैं भाई। हमने ऐसा कर रहे हैं कि हमने जहाँ जहाँ मन्नतें मांगी हैं सब कुछ, अपनी विशेज अपनी जो पूरी हमारी हुई हैं, हम अब वहाँ पे मत्था द्वारा टेकने के लिए जा रहे हैं, क्योंकि हमारे पास सिर्फ 20 डेज ही हैं। उसके बाद हम फ्लाई कर जाएंगे। और क्या कहते हैं अपना, इसी के साथ अपनी वीडियो को कमेंट करते हैं। अगर ये आपको ये वीडियो पसंद आई तो प्लीज़ वीडियो को लाइक करना, शेयर करना और लोगों की मदद करना। बाकी अब अगली वीडियो हमारी आएगी पैकिंग की, हम क्या क्या पैक करके लेके जा रहे हैं, तो वो भी आपको बड़ी क्या एक्सपीरियंस रहता है, कैसे हम तैयारी करते हैं, हर एक चीज़ ये भी आपको दिखाएंगे, कहाँ से क्या सामान लेते हैं उन शॉप्स में भी जाके आपको दिखाएंगे। और हाँ, मिलते हैं ब्रेक के बाद। सब्सक्राइब कर लो और नीचे बटन। हाँ, ये कर ले, कर ले, कर ले, कर ले, बाय।